ਹੈਲੋ ਫਰੈਂਡਸ ਮੈਂ ਅਕਾਲਰੂਪ ਸਿੰਘ ਤੁਸੀਂ ਦੇਖ ਰਹੇ ਹੋ ਅਕਾਲਰੂਪ ਮੈਰਿਜ ਬਿਊਰੋ ਚੈਨਲ ਸਭ ਤੋਂ ਪਹਿਲਾਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣਾਂ ਭਰਾਵਾਂ ਦਾ तहे ਦਿਲ ਤੋਂ ਧੰਨਵਾਦ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਔਰ ਸਪੈਸ਼ਲੀ ਫੋਨ ਕਾਲਸ ਕਰਕੇ ਪ੍ਰੈਸ਼ੀਏਟ ਕਰਦੇ ਆ ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰਕੀਆਂ ਬਖਸ਼ਿਸ਼ ਕਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਮਿਹਨਤ ਕਰੋ ਔਰ ਹਮੇਸ਼ਾ ਅੱਗੇ ਵਧੋ ਸੋ ਅੱਜ ਦੀ ਇਸ ਵੀਡੀਓ ਬਣਾਉਣ ਦਾ ਜਿਹੜਾ ਮੇਨ ਮੋਟਿਵ ਉਹ ਇਹ ਹੈ ਕਿ ਜਿਹੜੇ ਸਾਡੇ ਕੋਲ ਡਾਈਵੋਰਸ ਵਾਲੇ ਜਿਹੜੇ ਪ੍ਰੋਫਾਈਲਸ ਆ ਰਹੇ ਆ ਸਾਡੇ ਕੋਲ ਬਹੁਤ ਜ਼ਿਆਦਾ ਪ੍ਰੋਫਾਈਲਸ ਜਿਹੜੇ ਨੇ ਹੁਣ ਡਾਈਵੋਰਸ ਵਾਲੇ ਆ ਰਹੇ ਨੇ ਜਿਨ੍ਹਾਂ ਦੀ ਉਮਰ ਹੈਗੀ ਆ 25 ਸਾਲ ਤੋਂ ਲੈ ਕੇ ਤੇ 45 ਸਾਲ ਤੱਕ ਔਰ ਉਹ ਸਾਡੇ ਕੋਲ ਹੈਗੇ ਨੇ ਜੱਟ ਸਿੱਖ ਰਾਮਗੜੀਆ ਸ਼ਰਮਾ ਕਾਸਟ ਔਰ ਮਜਬੀ ਸਿੱਖਾਂ ਦੇ ਔਰ ਇਹਦੇ ਵਿੱਚ ਇੱਕ ਇਹ ਸੁਝਾਅ ਦੇਣਾ ਚਾਹਾਂਗਾ ਕਿ ਦੇਖੋ ਜਿਹੜੇ ਸਾਡੇ ਕੋਲ ਪ੍ਰੋਫਾਈਲਸ ਹੁੰਦੇ ਨੇ ਜਾਂ ਕਿਸੇ ਵੀ ਅਦਰਸ ਦੀ ਗੱਲ ਕਰਦੇ ਆ ਜਿਹੜੇ ਲੋਕ ਆਪਣੇ ਬਾਇਓ ਡਾਟਾ ਸੈਂਡ ਕਰ ਰਹੇ ਆ ਉਹ ਹੈਗੇ ਨੇ ਅਲੱਗ-ਅਲੱਗ ਕੰਮਾਂ ਨੂੰ ਕਰਨ ਵਾਲੇ ਗਵਰਨਮੈਂਟ ਜੌਬ ਕਰਨ ਵਾਲੇ ਪ੍ਰਾਈਵੇਟ ਜੌਬ ਕਰਨ ਵਾਲੇ ਫੋਰਨ ਦੇ ਵਿੱਚ ਸੈਟਲਡ ਤੇ ਆਪਾਂ ਜਿਸ ਤਰੀਕੇ ਦੇ ਨਾਲ ਡੇਲੀ ਅਸੀਂ ਜਿਹੜਾ ਹੈ ਇਹ ਪ੍ਰੋਸੈਸ ਕਰ ਰਹੇ ਆ ਕਿ ਜਿਸ ਤਰ੍ਹਾਂ ਉਹਨਾਂ ਦਾ ਸਭ ਤੋਂ ਪਹਿਲਾਂ ਉਹਨਾਂ ਦਾ ਦੇਖ ਦਿਖਾਵਾ ਕੀਤਾ ਜਾਂਦਾ ਹੈ ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਫਾਈਨਲ ਰਿਸ਼ਤਾ ਕਰਵਾਇਆ ਜਾਂਦਾ ਹੈ ਬਟ ਕੁਝ ਕੁ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਕਾਲੀ ਕਰਦੇ ਆ ਤੇ ਜ਼ਿਆਦਾ ਕਾਲੀ ਵਰਤਣ ਦੇ ਕਾਰਨ ਕੀ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਕਦੀ ਵੀ ਅਸੀਂ ਜ਼ਿਆਦਾ ਕਾਹਲੀ ਨਹੀਂ ਕਰਨੀ ਕਿਉਂਕਿ ਜਿਹੜੀ ਅਸੀਂ ਮੈਰਿਜ ਕਰਨੀ ਹੈ ਚਾਹੇ ਉਹ ਬੇਟਾ ਹੈ ਜਾਂ ਬੇਟੀ ਹੈ ਚਾਹੇ ਉਹ ਫੌਰਾ ਦੇ ਵਿੱਚ ਆ ਚਾਹੇ ਉਹ ਇੰਡੀਆ ਦੇ ਵਿੱਚ ਆ ਚਾਹੇ ਪੰਜਾਬ ਦੇ ਵਿੱਚ ਕੋਈ ਵੀ ਉਹਨਾਂ ਦਾ ਕੰਮ ਹੋਵੇ ਪਰ ਇੱਕ ਬਹੁਤ ਹੀ ਜ਼ਿਆਦਾ ਸੋਚੀ ਤੇ ਸਮਝੀ ਚੀਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸੋਚ ਸਮਝ ਕੇ ਫੈਸਲਾ ਲੈਣ ਵਾਲਾ ਕੰਮ ਆ ਕਿ ਛੋਟਾ ਮोटा ਕੰਮ ਨਹੀਂ ਹੈਗਾ ਇਹ ਬਿਲਕੁਲ ਸੀਰੀਅਸਲੀ ਬਿਲਕੁਲ ਆਪਣੀ ਹੁਸ਼ੋ ਹਵਾਸ ਦੇ ਵਿੱਚ ਜਿਹੜਾ ਸਾਨੂੰ ਇਹ ਸਟੈਪ ਲੈਣਾ ਚਾਹੀਦਾ ਹੈ ਔਰ ਸੈਕੰਡਲੀ ਕੀ ਹੈ ਕਿ ਸਾਨੂੰ ਝੂਠ ਦਾ ਬਿਲਕੁਲ ਆਸਰਾ ਨਹੀਂ ਲੈਣਾ ਚਾਹੀਦਾ ਕੁਝ ਲੋਕ ਐਸੇ ਹੁੰਦੇ ਆ ਕਿ ਜਿਹੜੇ ਆਪਣੀ ਗਲਤ ਇਨਫਰਮੇਸ਼ਨ ਦੇ ਕੇ ਆਪਨਾ ਗਲਤ ਜਿਹੜੀ ਹੈ ਗਾਈਡੈਂਸ ਦੇ ਕੇ ਤੇ ਰਿਸ਼ਤੇ ਜਿਹੜੇ ਉਹ ਕਰਵਾ ਲੈਂਦੇ ਆ ਸੋ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਆਪਣੀਆਂ ਲੇਟੈਸਟ ਫੋਟੋਗ੍ਰਾਫਸ ਲੇਟੈਸਟ ਬਾਇਓ ਡਾਟਾ ਆਪਣੀ ਪ੍ਰਾਪਰਟੀ ਕਿੰਨੀ ਆ ਕਿੱਥੇ ਕੰਮ ਕਰ ਰਹੇ ਹੋ ਕਿੰਨੇ ਸਾਲ ਤੋਂ ਕਰ ਰਹੇ ਹੋ ਹਰ ਇੱਕ ਚੀਜ਼ ਜਿਹੜੀ ਬਿਲਕੁਲ ਸੱਚ ਦੱਸਣੀ ਚਾਹੀਦੀ ਹੈ ਕੁਝ ਲੋਕ ਜਿਹੜੇ ਨੇ ਜਿਸ ਤਰ੍ਹਾਂ ਅਸੀਂ ਕਹਿ ਲੀਏ ਕਿ ਉਹ ਆਈਲੈਂਡਸ ਵਾਲੀਆਂ ਲੜਕੀਆਂ ਲੱਭ ਰਹੇ ਆ ਜਾਂ ਆਈਲੈਂਡਸ ਵਾਲੇ ਲੜਕੇ ਲੱਭ ਰਹੇ ਆ ਕਿਉਂਕਿ ਉਹਨਾਂ ਦਾ ਮੇਨ ਮੋਟਿਵ ਕੀ ਹੈ ਕਿ ਉਹਨਾਂ ਨੇ ਫੋਰਨ ਦੇ ਵਿੱਚ ਜਾਣਾ ਹੈ ਪਰ ਉਹ ਕੀ ਕਰਦੇ ਨੇ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਮੇਨ ਜਿਹੜਾ ਫਰਜ ਹੈ ਉਹ ਕੀ ਹੈ ਕਿ ਉਹਨਾਂ ਨੇ ਡਾਕੂਮੈਂਟਸ ਚੈੱਕ ਕਰਨੇ ਨੇ ਆਪ ਖੁਦ ਤੁਸੀਂ ਕਿਸੇ ਦੇ ਉੱਪਰ ਜਿਹੜਾ ਹੈ ਉਹ ਡਿਪੈਂਡ ਨਹੀਂ ਰਹਿਣਾ ਕਿ ਤੁਸੀਂ ਮੈਰਿਜ ਬੀਰੋ ਵਾਲੇ ਤੇ ਡਿਪੈਂਡ ਰਹਿਣਾ ਜਾਂ ਕਿਸੇ ਤੇ ਤੁਸੀਂ ਆਪ ਖੁਦ ਡਾਕੂਮੈਂਟਸ ਚੈੱਕ ਕਰਨੇ ਆ ਦੋਨੋਂ ਫੈਮਿਲੀਜ਼ ਦੇ ਜਿਹੜੇ ਲੜਕਾ ਪਰਿਵਾਰ ਹੈ ਉਹ ਲੜਕੀ ਪਰਿਵਾਰ ਦੇ ਜਿਹੜੇ ਡਾਕੂਮੈਂਟਸ ਚੈੱਕ ਕਰ ਸਕਦਾ ਜਿਹੜੀ ਲੜਕੀ ਹੈ ਉਹ ਲੜਕੇ ਪਰਿਵਾਰ ਦੇ ਡਾਕੂਮੈਂਟਸ ਚੈੱਕ ਕਰ ਸਕਦੀ ਹੈ ਤਾਂ ਕਿ ਉਹਨਾਂ ਦੇ ਮਨ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਡਾਊਟ ਨਾ ਰਹੇ ਉਸ ਦਾ ਮੇਨ ਕਰਨੀ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਹਰ ਰੋਜ਼ ਵਿਆਹ ਵੀ ਹੋ ਰਹੇ ਨੇ ਉਸੇ ਤਰੀਕੇ ਦੇ ਨਾਲ ਹਰ ਰੋਜ਼ ਲੋਕਾਂ ਦੇ ਤਲਾਕ ਵੀ ਹੋ ਰਹੇ ਨੇ ਸੇ ਇਹ ਜਿਹੜੀ ਗੱਲ ਹੈ ਤਲਾਕ ਵਾਲੀ ਇਸ ਤੋਂ ਬਚਣ ਵਾਸਤੇ ਸਾਨੂੰ ਸੀਰੀਅਸਲੀ ਜਿਹੜਾ ਹੈ ਇਸ ਟੌਪਿਕ ਤੇ ਸੋਚਣਾ ਚਾਹੀਦਾ ਹੈ ਕਿ ਅਸੀਂ ਫਿਜ਼ੀਕਲੀ ਮੈਂਟਲੀ ਉਸ ਵਾਸਤੇ ਪ੍ਰੀਪੇਅਰ ਹਾਂ ਸਾਡੀ ਆਮਦਨ ਜਿਹੜੀ ਹੈ ਖਰਚਾ ਠਾਣ ਵਾਸਤੇ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਸੂਚ ਸਮਝ ਕੇ ਸਾਨੂੰ ਫੈਸਲਾ ਲੈਣਾ ਚਾਹੀਦਾ ਹੈ ਦੂਸਰੇ ਨੰਬਰ ਤੇ ਕੀ ਹੈ ਕਿ ਜਿੱਦਾਂ ਲੜਕੀ ਜਿਹਨੇ ਬਾਹਰ ਜਾਣਾ ਹੈ ਜਾਂ ਲੜਕਾ ਜਿਹਨੇ ਬਾਹਰ ਜਾਣਾ ਹੈ 6.5 ਬੈਂਡ ਚਾਹੀਦੇ ਆ ਓਵਰਆਲ ਤੇ ਜੇਕਰ 5 ਬੈਂਡ ਨੇ ਜਾਂ 5.5 ਬੈਂਡ ਨੇ ਜਾਂ ਅਸੀਂ ਝੂਠ ਬੋਲ ਕੇ ਇਹਨਾਂ ਨੂੰ ਦੱਸ ਰਹੇ ਆਂ ਤੇ ਬਾਅਦ ਵਿੱਚ ਸਾਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਕਰਕੇ ਬਾਅਦ ਵਿੱਚ ਇਹਨਾਂ ਪ੍ਰੋਬਲਮਸ ਨੂੰ ਫੇਸ ਕਰਨ ਦੇ ਨਾਲੋਂ ਇਹ ਬੈਟਰ ਹੈ ਕਿ ਹਮੇਸ਼ਾ ਸੱਚ ਬੋਲੋ ਸੱਚ ਦੀ ਗੱਲ ਕਰੋ ਤੇ ਸਚਾਈ ਹੀ ਸਾਹਮਣੇ ਰੱਖੋ ਤਾਂ ਕਿ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਭੈਣ ਭਰਾਵਾਂ ਵਿੱਚ ਕਿਤੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਹੈ ਉਹ ਸਾਹਮਣੇ ਨਾ ਕਰਨੀ ਪਵੇ। ਔਰ ਜਿਹੜਾ ਹੈ ਡਾਕੂਮੈਂਟਸ ਜਰੂਰ ਚੈੱਕ ਕਰਨੇ ਨੇ ਤੁਸੀਂ ਉਹਨਾਂ ਦਾ ਆਧਾਰ ਕਾਰਡ, ਪੈਨ ਕਾਰਡ, ਜੇ ਪ੍ਰਾਪਰਟੀ ਦੀ ਗੱਲ ਹੈ ਤਾਂ ਪ੍ਰਾਪਰਟੀ ਦੇ ਡਾਕੂਮੈਂਟਸ, ਜੇ ਸਟੱਡੀ ਐਜੂਕੇਸ਼ਨ ਦੀ ਗੱਲ ਹੈ ਤਾਂ ਤੁਸੀਂ ਉਹਨਾਂ ਦੇ ਸਾਰੇ ਡਾਕੂਮੈਂਟਸ ਜਿਹੜੇ ਉਹ ਚੈੱਕ ਕਰ ਸਕਦੇ ਹੋ। ਕਿਉਂਕਿ ਜੇਕਰ ਅਸੀਂ ਪਹਿਲਾਂ ਇਹ ਸਾਰਾ ਜਿਹੜਾ ਇਹਨਾਂ ਦਾ ਕ੍ਰਾਈਟੇਰੀਆ ਹੈ ਜਾਂ ਜਿਹੜਾ ਇਹਨਾਂ ਦਾ ਪ੍ਰੋਸੈਸ ਹੈ ਉਪਰ ਪ੍ਰਸ਼ਾਸਨ ਨੂੰ ਜੇ ਅਸੀਂ ਪੂਰਾ ਕਰਾਂਗੇ ਤੇ ਸਾਨੂੰ ਬਾਅਦ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਦੇਖੋ ਜੇ ਇਸ ਤਰ੍ਹਾਂ ਭਾਵੇਂ ਕੋਈ ਗਰੀਬ ਪਰਿਵਾਰ ਹੈ ਜਾਂ ਅਮੀਰ ਪਰਿਵਾਰ ਹੈ ਜਾਂ ਕੋਈ ਬਾਹਰ ਫੋਰਨ ਦੇ ਵਿੱਚ ਸੈਟਲ ਹੈ ਕਿਉਂਕਿ ਮੈਰਿਜ ਪ੍ਰੋਗਰਾਮ ਦੇ ਉੱਤੇ ਉਹਨਾਂ ਨੇ ਬਹੁਤ ਸਾਰਾ ਖਰਚਾ ਕਰਨਾ ਹੁੰਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਾਡੀ ਮੈਰਿਜ ਬੀਰੋ ਵਾਲਿਆਂ ਦੀ ਫੀਸ ਵੀ ਦੇਣੀ ਹੈ ਚਾਹੇ ਤੁਸੀਂ ਸਾਡੇ ਕੋਲ ਪ੍ਰੋਫਾਈਲ ਸੈਂਡ ਕਰ ਰਹੇ ਹੋ ਚਾਹੇ ਤੁਸੀਂ ਕਿਸੇ ਹੋਰ ਸ਼ਹਿਰ ਦੇ ਵਿੱਚ ਸੈਂਡ ਕਰ ਰਹੇ ਹੋ ਕਿਸੇ ਹੋਰ ਮੈਰिज ਵੀਰ ਨੂੰ ਦੇ ਰਹੇ ਹੋ ਪਰ ਇਹ ਗੱਲਾਂ ਜਿਹੜੀਆਂ ਨੇ ਉਹ ਸਾਰਿਆਂ ਵਾਸਤੇ ਯਾਦ ਰੱਖਣ ਵਾਲੀਆਂ ਵਾਂ ਸਾਰਿਆਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਮੇਸ਼ਾ ਚੰਗੇ ਕੰਮ ਦਾ ਰਿਜ਼ਲਟ ਜਿਹੜਾ ਉਹ ਚੰਗਾ ਹੁੰਦਾ ਹੈ ਔਰ ਜੇ ਮਾੜੇ ਹੀ ਕੰਮ ਨੇ ਜਿਹੜੇ ਮਾੜੇ ਜਾਂ ਸੋਚ ਕਹਿ ਲਓ ਜਾਂ ਝੂਠ ਕਹਿ ਲਓ ਉਹਦਾ ਰਿਜ਼ਲਟ ਵੀ ਜਿਹੜਾ ਉਹ ਮਾੜਾ ਹੀ ਹੋਵੇਗਾ ਸੋ ਆਪਣੀਆਂ ਬੁਰਾਈਆਂ ਨੂੰ ਛਿਪਾਉਣ ਦੇ ਨਾਲੋਂ ਸੱਚ ਬਿਆਨ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਕੁਝ ਲੋਕ ਐਸੇ ਵੀ ਦੇਖੇ ਨੇ ਕਿ ਜਿਹੜੇ ਜਿਨ੍ਹਾਂ ਦਾ ਡਾਈਵੋਰਸ ਹੋ ਜਾਂਦਾ ਹੈ ਲੜਕੇ ਜਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਕੋਈ ਵੀ ਪ੍ਰੋਫਾਈਲ ਤੇ ਉਹ ਕੀ ਕਰਦੇ ਆ ਕਿ ਉਹਨਾਂ ਦਾ 5 ਦਿਨ ਬਾਅਦ ਜਾਂ 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਡਾਈਵੋਰਸ ਹੋ ਜਾਂਦਾ ਹੈ ਪਰ ਉਹ ਇਹ ਵਾਲੀ ਜਿਹੜੀ ਸੱਚਾਈ ਵਾਲੀ ਗੱਲ ਆ ਉਹ ਨਹੀਂ ਦੱਸਦੇ ਲੋਕਾਂ ਨੂੰ ਉਹਨਾਂ ਨੂੰ ਇਹ ਵੀ ਗੱਲ ਦੱਸਣੀ ਚਾਹੀਦੀ ਹੈ ਕਿ ਕਿਸ ਕਾਰਨ ਤੋਂ ਡਾਈਵੋਰਸ ਹੋਇਆ ਕਦੋਂ ਹੋਇਆ ਤੇ ਕਿੰਨੀ ਦੇਰ ਬਾਅਦ ਹੋਇਆ ਵਿਆਹ ਤੋਂ ਇਹ ਸਾਰੀਆਂ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਹਨ ਤਾਂ ਕਿ ਤੁਹਾਨੂੰ ਅੱਗੇ ਵਾਸਤੇ ਜਿਹੜਾ ਹੈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸੈਕੰਡਲੀ ਕੀ ਹੈ ਕਿ ਬਹੁਤ ਸਾਰਾ ਪੈਸਾ ਵੀ ਵੇਸਟ ਹੋਵੇਗਾ ਬਹੁਤ ਸਾਰੀ ਜਿਹੜਾ ਹੈ ਟਾਈਮ ਵੀ ਵੇਸਟ ਹੋਵੇਗਾ ਸੋ ਇਹਦੇ ਵਿੱਚ ਓਵਰਆਲ ਜਿਹੜਾ ਨੁਕਸਾਨ ਹੈ ਉਹ ਸਾਡਾ ਆਪਣਾ ਹੀ ਹੋਵੇਗਾ ਸੋ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਇਹ ਜਿਹੜੀ ਚੀਜ਼ ਹੈ ਬਹੁਤ ਜ਼ਰੂਰੀ ਬਣ ਚੁੱਕੀ ਹੈ ਸੈਕੰਡਲੀ ਕੀ ਹੈ ਕਿ ਜਿਹੜੇ ਲੋਕ ਜਿਹੜੇ ਨੇ ਉਹ ਅੱਜਕੱਲ ਬਹੁਤ ਜਲਦੀ ਜਿਹੜਾ ਨਾ ਕੋਰਟ ਵਾਲਾ ਰੁਖ ਕਰ ਲੈਂਦੇ ਆ ਵੀ ਜੇ ਜਿਸ ਤਰ੍ਹਾਂ ਲੜਕਾ ਪਰਿਵਾਰੋਂ ਲੜਕੀ ਪਰਿਵਾਰ ਤੇ ਕੇਸ ਕਰ ਦਿੰਦਾ ਤੇ ਜਿਹੜੀ ਲੜਕੀ ਤੇ ਪਰਿਵਾਰਿਆ ਉਹ ਲੜਕੇ ਤੇ ਕੇਸ ਕਰ ਦਿੰਦੇ ਆ ਚਲੋ ਜੇ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਕਰਨਾ ਵੀ ਚਾਹੀਦਾ ਹੈ ਜੇਕਰ ਅਸੀਂ ਮਤਲਬ ਸਾਡੇ ਨਾਲ ਗਲਤ ਹੋ ਰਿਹਾ ਜਾਂ ਗਲਤ ਸਾਨੂੰ ਇਸ ਤਰ੍ਹਾਂ ਹੋਇਆ ਬਟ ਉਹਦਾ ਕਾਰਨ ਇਹ ਹੈ ਮੇਨ ਕਿ ਜੇਕਰ ਅਸੀਂ ਇਹ ਪ੍ਰੋਗਰਾਮ ਕਰਨ ਤੋਂ ਪਹਿਲਾਂ ਮੈਰਿਜ ਨੂੰ ਕਰਨ ਤੋਂ ਪਹਿਲਾਂ ਹੀ ਜਿਹੜਾ ਹੈ ਬਹੁਤ ਵਧੀਆ ਤੇ ਸੁਚੱਜੇ ਢੰਗ ਦੇ ਨਾਲ ਜਿਹੜਾ ਪ੍ਰੋਸੈਸ ਨੂੰ ਪੂਰਾ ਕਰੀਏ ਕਿਉਂਕਿ ਇਹ ਕਾਲਰੂਪ ਮੈਰਿਜ ਬੀਰੋ ਕਦੇ ਵੀ ਇਸ ਤਰ੍ਹਾਂ ਦੇ ਨਾਲ ਨਹੀਂ ਕਰਦਾ ਸਭ ਤੋਂ ਪਹਿਲਾਂ ਅਸੀਂ ਆਪ ਖੁਦ ਜਾ ਕੇ ਲੋਕਾਂ ਦੇ ਘਰ ਵੈਰੀਫਾਈ ਕਰਦੇ ਹਾਂ ਜਿਹੜੀਆਂ ਉਹਨਾਂ ਨੇ ਫੋਟੋਗ੍ਰਾਫਸ ਸੈਂਡ ਕੀਤੀਆਂ ਜਿਹੜਾ ਉਹਨਾਂ ਨੇ ਬਾਇਓ ਡਾਟਾ ਸੈਂਡ ਕੀਤਾ ਉਸ ਨੂੰ ਵੈਰੀਫਾਈ ਕੀਤਾ ਜਾਂਦਾ ਹੈ ਕਿ ਬਿਲਕੁਲ ਸੇਮ ਹੈ ਉਸ ਤੋਂ ਬਾਅਦ ਕੀ ਹੈ ਕਿ ਲੜਕੀ ਦੇ ਪਰਿਵਾਰ ਵਿੱਚ ਵੀ ਜਾਇਆ ਜਾਂਦਾ ਉਹ ਵੀ ਬਿਲਕੁਲ ਵੈਰੀਫਾਈ ਕੀਤਾ ਜਾਂਦਾ ਫਿਰ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਬਾਹਰ ਕਿਤੇ ਗੁਰਦੁਆਰਾ ਸਾਹਿਬ ਜਾਂ ਕਿਸੇ ਰਸਟਰਾਂ ਵਿੱਚ ਕਰਵਾਈ ਜਾਂਦੀ ਹੈ ਜਦੋਂ ਪਰਿਵਾਰ ਉਹਨਾਂ ਦਾ ਸੈਟੀਸਫਾਈਡ ਹੋ ਜਾਂਦਾ ਹੈ ਕਿ ਹਾਂ ਹਨ ਬਿਲਕੁਲ ਠੀਕ ਆ ਫਿਰ ਅਸੀਂ ਜਿਹੜਾ ਹੈ ਨੈਕਸਟ ਉਹਨਾਂ ਦੀ ਜਿਹੜੀ ਆ ਮੀਟਿੰਗ ਕਰਵਾਨੇ ਆ ਦੂਸਰੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਅਸੀਂ ਉਹ ਲੜਕੇ ਜਾਂ ਲੜਕੀ ਦਾ ਪਰਿਵਾਰ ਉਹਦੇ ਬਾਕੀ ਸਾਰੇ ਰਿਸ਼ਤੇਦਾਰ ਭੈਣ ਭਰਾ ਫੈਮਿਲੀ ਮੈਂਬਰਸ ਜਿਹੜੇ ਉਹਨਾਂ ਦੇ ਨਾਲ ਮਿਲਵਾਉਂਦੇ ਹਾਂ ਔਰ ਫਿਰ ਜਿਹੜਾ ਹੈ ਉਹਨਾਂ ਨੂੰ ਬਾਰ-ਬਾਰ ਇਹ ਪੁੱਛਿਆ ਜਾਂਦਾ ਹੈ ਕਿ ਕੀ ਤੁਹਾਨੂੰ ਰਿਸ਼ਤਾ ਜਿਹੜਾ ਉਹ ਐਕਸੈਪਟ ਹੈ ਕੀ ਤੁਹਾਨੂੰ ਮਨਜ਼ੂਰ ਹੈ ਜਾਂ ਕੀ ਤੁਸੀਂ ਐਗਰੀ ਹੋ ਹਰ ਇੱਕ ਚੀਜ਼ ਚੰਗੀ ਤਰ੍ਹਾਂ ਗੱਲਬਾਤ ਕਰਕੇ ਤੇ ਫਿਰ ਹੀ ਡਿਸੀਜਨ ਲਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਵੀ ਬਾਅਦ ਵਿੱਚ ਜਿਹੜਾ ਪਛਤਾਵਾ ਨਾ ਕਰਨਾ ਪਵੇ ਔਰ ਘੱਟ ਸਮੇਂ ਦੇ ਵਿੱਚ ਜਿਹੜਾ ਹੈ ਵਧੀਆ ਤੋਂ ਵਧੀਆ ਉਹਨਾਂ ਨੂੰ ਰਿਸ਼ਤੇ ਮਿਲਣ ਕਿਉਂਕਿ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਸਾਰੇ ਲੋਕਾਂ ਦੀ ਜਿਹੜੀ ਸੋਚ ਉਹ ਗਾਂ ਵਧੇ ਹੁੰਦੀ ਹੈ ਆਪਣਾ ਕੋਈ ਵੀ ਨੁਕਸਾਨ ਨਹੀਂ ਕਰਾਉਣਾ ਚਾਹੁੰਦਾ ਸੋ ਇਹੋ ਜਿਹੀ ਨੁਕਸਾਨਾਂ ਤੋਂ ਬਚਣ ਵਾਸਤੇ ਸਾਨੂੰ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਦੂਸਰੇ ਨੰਬਰ ਤੇ ਕੀ ਹੈ ਕਿ ਜਿਹੜੀ ਉਮਰ ਹੁੰਦੀ ਹੈ ਆਪਣੀ ਸਹੀ ਉਮਰ ਜਿਹੜੀ ਉਹ ਦੱਸਣੀ ਚਾਹੀਦੀ ਆ ਤਾਂ ਕਿ ਜੇ ਲੜਕਾ ਔਰ ਲੜਕੀ ਦੀ ਉਮਰ ਦੇ ਵਿੱਚ 2-4 ਸਾਲ ਜਾਂ 5 ਸਾਲ ਦਾ ਫਰਕ ਹੋ ਜੇ ਤਾਂ ਨੋ ਪ੍ਰੋਬਲਮ ਬਟ ਜਿਆਦਾ ਫਰਕ ਜੇ ਹੈਗਾ ਤਾਂ ਸਾਨੂੰ ਡਾਇਰੈਕਟਲੀ ਦੱਸ ਦੇਣਾ ਚਾਹੀਦਾ ਹੈ ਮੀਨਸ ਵੀ ਚਾਹੇ ਉਹ ਸਾਡੀ ਏਜ ਹੈ ਚਾਹੇ ਉਹ ਸਾਡਾ ਐਜੂਕੇਸ਼ਨ ਹੈ ਚਾਹੇ ਉਹ ਸਾਡੀ ਪ੍ਰਾਪਰਟੀ ਹੈ ਚਾਹੇ ਉਹ ਸਾਡਾ ਬਿਜ਼ਨਸ ਹੈ ਚਾਹੇ ਕੋਈ ਜੋਬ ਹੈ ਹਰ ਇੱਕ ਚੀਜ਼ ਅਸੀਂ ਬਿਲਕੁਲ ਕਲੀਅਰ ਕਰਨੀ ਹੈ ਔਰ ਬਿਲਕੁਲ ਸੱਚੇ ਦੱਸਣਾ ਹੈ ਤੇ ਸੱਚ ਦੇ ਆਸਰੇ ਦੇ ਉੱਤੇ ਚੱਲ ਕੇ ਹੀ ਜਿਹੜਾ ਅਸੀਂ ਜਿਹੜਾ ਹੈ ਵਧੀਆ ਤੋਂ ਵਧੀਆ ਔਰ ਜਲਦੀ ਤੋਂ ਜਲਦੀ ਰਿਸ਼ਤਾ ਪ੍ਰਾਪਤ ਕਰ ਸਕਦੇ ਹਾਂ ਸੋ ਇਸ ਕਰਕੇ ਇਹ ਮੇਰੇ ਕੁਝ ਸੁਝਾਅ ਹਨ ਜਿਨ੍ਹਾਂ ਨੂੰ ਫੋਲੋ ਕਰਨਾ ਹਰ ਕਿਸੇ ਦਾ ਜਿਹੜਾ ਉਹ ਫਰਜ਼ ਬਣਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਕੁਝ ਨਵੇਂ ਪ੍ਰੋਫਾਈਲਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਧੰਨਵਾਦ